ਸ਼੍ਰੀ ਕਾਲ ਜੀ ਸਾਂਝ ਸੋਸ ਟੀਵੀ ਵੇਖ ਰਹੇ ਆਪ ਸਭ ਦਾ ਮੈਂ ਸਵਾਤੀ ਸਖਸੈਨਾ ਨਿਗਮ ਸਵਾਗਤ ਕਰਦੀ ਹਾਂ ਲੈ ਕੇ ਹਾਜ਼ਰ ਹੋਇਆ ਤੁਹਾਡਾ ਖਾਸ ਪ੍ਰੋਗਰਾਮ ਪੱਖ ਦਾ ਮੁੱਦਾ ਜੀ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਬਾਰੇ ਤੇ ਇਸ ਦੇ ਨਾਲ ਹੀ ਸਾਡੇ ਨਾਲ ਇਹਨਾਂ ਖਾਸ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਹਿਯੋਗੀ ਸਤਨਾਮ ਸਿੰਘ ਬਠੋਈ ਜੀ ਜਿਸ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਣਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੀ ਸੋ ਅਸੀਂ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲੇ ਮੁੱਦੇ ਦੇ ਨਾਲ ਜਿੱਥੇ ਕਿ ਜਿਹੜੀ ਗੁਜਰਾਤ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ ਤੇ ਇਸ ਤੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਵਿਰਾਟ ਕੋਹਲੀ ਹੈ ਉਹ ਵੀ ਸੈਂਕੜਾ ਨਹੀਂ ਭਾਰਦਾ ਜੀ ਸੋ ਇਸ ਤੇ ਕੀ ਕਹਿਣਾ ਚਾਹੋਗੇ ਜੀ ਗੁਜਰਾਤ ਤੇ ਹਿਮਾਚਲ ਦੇ ਇਲੈਕਸ਼ਨ ਨੇ ਜੋ ਤਸਵੀਰ ਪੇਸ਼ ਕੀਤੀ ਹੈ ਉਹ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਜਿਹੜੀ ਨਿੰਦਾ ਜ਼ਰੂਰ ਉਡਾਰੀ ਹੈ ਸੋ ਇਸੇ ਦੇ ਚੱਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਪੱਤਰਕਾਰਾਂ ਨੇ ਸਵਾਲ ਕੀਤਾ ਸਵਾਲ ਖੜੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਜ਼ੋਰ ਲਗਾਇਆ ਇੱਥੋਂ ਤੱਕ ਕਿ ਕੇਜਰੀਵਾਲ ਸੀਐਮ ਦਿੱਲੀ ਨੇ ਉਹਨਾਂ ਨੇ ਲਿਖਤੀ ਰੂਪ ਵਿੱਚ ਕਹਿ ਦਿੱਤਾ ਸੀਗਾ ਕਿ ਸਰਕਾਰ ਪੂਰਨ ਤੌਰ ਤੇ ਗੁਜਰਾਤ ਵਿੱਚ ਆਪਦੀ ਬਣਨ ਜਾ ਰਹੀ ਹੈ ਸੋ ਇਸ ਤੋਂ ਬਾਅਦ ਇਹ ਸਵਾਲ ਖੜੇ ਹੋ ਗਏ ਤੇ ਸਿਰਫ 8 ਜਾਂ 5 ਸੀਟਾਂ ਤੇ ਇਹ ਉੱਥੇ ਸਿਮਟ ਗਏ ਤੇ ਹਿਮਾਚਲ ਵਿੱਚ ਖਾਤਾ ਹੀ ਨਹੀਂ ਖੋਲ ਸਕੇ ਇਸਦੇ ਚੱਲਦੇ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਕਿ ਵਿਰਾਟ ਕੋਹਲੀ ਹਰ ਇੱਕ ਮੈਚ ਵਿੱਚ ਸੈਂਕੜਾ ਨਹੀਂ ਮਾਰਦਾ ਗੱਲ ਇੱਥੇ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਬਿਆਨ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਕੋਹਲੀ ਤਾਂ ਬਹੁਤ ਵੱਡਾ ਸਟਾਰ ਹੈ ਤੇ ਅੱਜ ਇੰਡੀਆ ਦਾ ਜੇ ਲੈਵਲ ਆ ਤਾਂ ਕੋਹਲੀ ਬਹੁਤ ਵੱਡੇ ਲੈਵਲ ਤੇ ਬੈਠੇ ਨੇ ਤੇ ਉਹਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਬੀਤੇ ਦਿਨੀ ਹੀ ਜਿਹੜਾ ਵਿਰਾਟ ਕੋਹਲੀ ਵੱਲੋਂ ਸੈਂਕੜਾ ਲਾਇਆ ਗਿਆ ਕਰੀਬ 40 ਮਹੀਨਿਆਂ ਬਾਅਦ 40 ਮਹੀਨਿਆਂ ਬਾਅਦ ਜਿਹੜਾ ਵਿਰਾਟ ਕੋਹਲੀ ਨੇ ਵਨਡੇ ਵਿੱਚ ਸੈਂਕੜਾ ਲਗਾਇਆ ਸ਼ਾਇਦ ਕਿਤੇ ਨਾ ਕਿਤੇ ਉਹੀ ਜਿਹੜੀ ਗੱਲ ਮੁੱਖ ਮੰਤਰੀ ਦੇ ਦਿਮਾਗ 'ਚ ਆ ਗਈ ਪਰ ਗੱਲ ਜਿਹੜੀ ਉਹਨਾਂ ਨੇ ਖੇਡਦੀ ਨਹੀਂ ਰਾਜਨੀਤੀ ਦੀ ਕਰਨੀ ਚਾਹੀਦੀ ਸੀ ਲੋਕਾਂ ਦੇ ਮੁੱਦੇ ਆ ਦੀ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਲੋਕਾਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਜੋ ਉਹਨਾਂ ਦੇ ਲਈ ਖੜੇ ਆ ਉਹ ਅਸਵੀਕਾਰ ਕਰਦੇ ਆ ਇਸੇ ਦੌਰਾਨ ਉਹਨਾਂ ਨੇ ਇਹ ਵੀ ਕਹਿਣਾ ਸੀਗਾ ਕਿ ਸ਼ਾਇਦ ਪੰਜਾਬ ਦੇ ਹਾਲਾਤ ਸਾਡੇ ਤੋਂ ਸੰਭਲ ਨਹੀਂ ਰਹੇ ਤਾ ਕਰਕੇ ਸ਼ਾਇਦ ਇਹ ਲੋਕ ਸਾਡੇ ਤੋਂ ਦੂਰ ਹੋਏ ਨੇ ਤੇ ਸਾਨੂੰ ਨਹੀਂ ਚੁਣਿਆ ਇਹ ਅਜੇਹੀ ਬਿਆਨਬਾਜ਼ੀ ਇੱਥੇ ਠੁਕਦੀ ਸੀ ਕਿਉਂਕਿ ਜਿਹੜੇ ਆਪ ਸਰਕਾਰ ਦਾਅਵੇ ਕਰ ਰਹੀ ਸੀਗੇ ਕਿ ਬਦਲਾ ਲੈ ਕੇ ਆਣਾ ਪੰਜਾਬ ਵਿੱਚ ਸੋ ਨਿਤ ਜਿਹੜੀਆਂ ਖਬਰਾਂ ਆ ਰਹੀਆਂ ਨੇ ਹਮਲਿਆਂ ਦੀਆਂ ਬਾਹਰ ਦਾਤਾਂ ਦੀਆਂ ਲੁੱਟਖੋਹਾਂ ਦੀਆਂ ਤੇ ਉਹ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਜਿਹੜੀ ਚੋਣਾਂ ਵਿੱਚ ਬਦਲਾ ਦੀਆਂ ਗੱਲਾਂ ਕਰ ਰਹੀ ਸੀ ਸੋ ਇਸੇ ਬਿਆਨ ਤੋਂ ਤਾਂ ਇਹੀ ਲੱਗਦਾ ਪਰ ਜਿਹੜੇ ਸਵਾਲ ਨੇ ਅਸਲ ਉਹ ਇਹੀ ਨੇ ਕਿ ਕਿਉਂ ਨਹੀਂ ਲੋਕਾਂ ਨੂੰ ਉਹ ਪਰਵਾਹ ਸਕੇ ਅਤੇ ਲੋਕ ਕਿਉਂ ਨਹੀਂ ਉਹਨਾਂ ਨਾਲ ਜੁੜੇ ਹਾਲਾਂਕਿ ਇੱਕ ਪਾਸੇ ਆਪ ਪਾਰਟੀ ਦਾ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੀ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਕੀ ਨੈਸ਼ਨਲ ਪਾਰਟੀ ਦਾ ਉਹ ਕਰਨਗੇ ਜਦੋਂ ਦੋ ਸੁੱਬਿਆਂ 'ਚ ਸਰਕਾਰ ਹੁੰਦੀ ਹੀ ਉਹਨਾਂ ਤੋਂ ਸਹੀ ਨਹੀਂ ਚੱਲ ਰਿਹਾ ਸਿਸਟਮ ਇਥੋਂ ਤੱਕ ਕਿ ਪ੍ਰਸ਼ਾਸਨ ਕਧਕਾਰੀਆਂ ਨਾਲ ਤਾਂ ਬਹੁਤ ਸਾਰੇ ਦੁਖੀ ਹੋ ਗਏ ਬਹੁਤ ਸਾਰੀਆਂ ਆਤਮ ਹੱਤਿਆਵਾਂ ਕਰ ਲਈਆਂ ਗਈਆਂ ਨੇ ਜਿਹੜੇ ਪ੍ਰਸ਼ਾਸਨ ਕਧਕਾਰੀ ਨੇ ਤੇ ਪ੍ਰਸ਼ਾਸਨ ਅਧਿਕਾਰੀਆਂ ਤੇ ਐਕਸ਼ਨ ਵੀ ਹੋ ਰਹੇ ਨੇ ਹਾਲਾਂਕਿ ਜਿਹੜੇ ਪ੍ਰਿਸ਼ਟ ਨੇ ਉਹਨਾਂ ਤੇ ਜ਼ਰੂਰ ਕਾਰਵਾਈ ਵੰਦੀ ਹੈ ਪਰ ਜਿਹੜੇ ਸਾਫ਼-ਸੁੱਤਰੇ ਅਫਸਰ ਨੇ ਉਹਨਾਂ ਤੇ ਵੀ ਜਿਹੜਾ ਦਬਾਅ ਪਾਇਆ ਜਾ ਰਿਹਾ ਅਸੀਂ ਨਿਤ ਖਬਰਾਂ ਸੁਣਦੇ ਆ ਸੋ ਇਸੇ ਦੇ ਚੱਲਦਿਆ ਕਿਤੇ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਪੰਜਾਬ ਦੇ ਹਾਲਾਤ ਕੀ ਨੇ ਕਿ ਸ਼ਾਇਦ ਉਹੀ ਜਿਹੜਾ ਉਹਨਾਂ ਦੀਆਂ ਚੋਣਾ ਚ ਜਿਹੜਾ ਅ ਦਬਾਅ ਬਣਿਆ ਜਾਂ ਉਹਨਾਂ ਦਾ ਪ੍ਰਵਾਹ ਦੇਖਣ ਨੂੰ ਮਿਲਿਆ ਜੀ ਜੀ ਸੋ ਬਿਲਕੁਲ ਸਹੀ ਕਿਹਾ ਤੁਸੀਂ ਤੇ ਅਸੀਂ ਹੁਣ ਅਗਲੇ ਮੁੱਦੇ ਵੱਲ ਵੱਧਦੇ ਹਾਂ ਤੇ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਨੇ ਮੁਸ਼ਕਲਾਵਾਂ ਚੁੱਕੀਆਂ ਨੇ ਸੁਖਵੀਰ ਸਿੰਘ ਬਾਦਲ ਨੂੰ ਕੋਟਕਪੂਰਾ ਮਾਮਲੇ ਦੇ ਵਿੱਚ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਜੀ ਹਾਂ ਸਿੱਟ ਦੇ ਵੱਲੋਂ ਇਹ ਤਲਬ ਕੀਤੇ ਗਏ ਨੇ ਤੇ ਨਾਲ ਹੀ ਜਿਹੜਾ ਹੈ ਇੱਥੇ ਵਿਰੋਧੀਆਂ ਪਾਰਟੀਆਂ ਜਿਹੜੀ ਕਿ ਸੁਖਵੀਰ ਸਿੰਘ ਬਾਦਲ ਨੂੰ ਜਮ ਕੇ ਕਹਿ ਰਹੀਆਂ ਨੇ ਤੇ ਇਸੇ ਵਿਚਾਲੇ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇੱਥੇ ਪਿਛਲੇ ਦਿਨਾਂ ਦੌਰਾਨ ਜਿਹੜਾ ਹੈ ਸਿੱਟ ਦੇ ਵੱਲੋਂ ਤਲਬ ਕੀਤਾ ਗਿਆ ਅਤੇ ਨਾਲ ਪੁਸ਼ਪਰਤਾਲ ਇਸ ਮਾਮਲੇ ਵਿੱਚ ਕੀਤੀ ਗਈ ਹੈ ਤੇ ਇਸੇ ਨਾਲ ਹੀ ਜਿਹੜਾ ਹੈ ਸਿੱਟ ਇਸ ਮਾਮਲੇ ਨੂੰ ਲੈ ਕੇ ਕਾਫੀ ਰੋਹ ਦੇ ਵਿੱਚ ਹੈ ਕਿ ਉਹ ਜਲਦੀ ਜਲਦੀ ਇਸ ਮਾਮਲੇ ਨੂੰ ਨਿਬੇੜਿਆ ਜਾਵੇ ਜੀ ਸਿੱਟ ਵੱਲੋਂ ਕੱਲ ਨੂੰ ਜਿਹੜੇ ਸੰਮਣ ਸੁਖਵੀਰ ਬਾਦਲ ਨੂੰ ਜਿਹੜੇ ਜਾਰੀ ਹੋਏ ਨੇ ਤੇ ਕੱਲ ਨੂੰ 11 ਵਜੇ ਉਹਨਾਂ ਨੂੰ ਦਫ਼ਤਰ ਬੁਲਾਇਆ ਸਿੱਟ ਦੇ ਸੋ ਇਸੇ ਦੌਰਾਨ ਏ ਡੀ ਜੀ ਪੀ ਐਲ ਕੇ ਯਾਦਵ ਨੇ ਉਹਨਾਂ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਜਿੱਥੇ ਅਸੀਂ ਦੇਖਿਆ ਕਿ ਬੱਡਾ ਰੋਸ ਪ੍ਰਦਰਸ਼ਨ ਦੀ ਤਿਆਰੀ ਕੀਤੀ ਗਈ ਸੀ ਗੋਲੀ ਕਾਣ ਨੂੰ ਲੈ ਕੇ ਕੋਟਕਪੂਰਾ ਚ ਤੇ ਇਸੇ ਦੇ ਚੱਲਦਿਆਂ ਜਿਹੜੇ ਉੱਥੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਉ ਪਹੁੰਚੇ ਸੀਗੇ ਉਹ ਉਹਨਾਂ ਨੇ ਇਦਾਂ ਬਿਆਨ ਦੇ ਦਿੱਤਾ ਸੀਗਾ ਕਿ ਸੰਗਤਾਂ ਨੂੰ ਇੱਕ ਉਮੀਦ ਜਾਗ ਗਈ ਸੀ ਕਿ ਇਨਸਾਫ਼ ਮਿਲੇਗਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਲਦ ਮਹਾਰਾਜ ਗੁਰੂ ਜੀ ਮੇਰ ਕਰਨ ਤੇ ਉਹ ਜਿਹੜਾ ਇਨਸਾਫ਼ ਦਾ ਸਮਾਗਮ ਕਰਵਾਣਗੇ ਸੋ ਇਸੇ ਤਰ੍ਹਾਂ ਡੇਢ ਮਹੀਨਾ ਕਰੀਬ ਬੀਤ ਗਿਆ ਡੇਢ ਮਹੀਨੇ ਦਾ ਉਹਨਾਂ ਨੇ ਸਮਾਂ ਦਿੱਤਾ ਸੀਗਾ ਉਸਤੇ ਵੀ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਸਿੱਟਨਾ ਵੀ ਬਣਾ ਦਿੱਤੀ ਗਈ ਪਰ ਉਸਤੇ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ ਹੁਣ ਜਿਹੜੇ ਅਸੀਂ ਦੇਖਦੇ ਹਾਂ ਕਿ ਨਿਤ ਪਹਿਲਾਂ ਵੀ ਜਿਹੜੇ ਸੰਮਣ ਜਾਰੀ ਹੋਏ ਨੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਸੋ ਉੱਥੇ ਹੁਣ ਜਿਹੜਾ ਕੱਲੋਂ ਵੀ ਉਹਨਾਂ ਨੂੰ ਤਲਬ ਕੀਤਾ ਗਿਆ ਤੇ ਸੰਮਣ ਜਾਰੀ ਹੋਏ ਨੇ ਹੁਣ ਬਿਆਨਵਾਜ਼ੀਆਂ ਨੇ ਬਿਆਨਵਾਜ਼ੀਆਂ ਦਰਜ ਹੋ ਰਹੀਆਂ ਨੇ ਕਾਰਵਾਈ ਹੁੰਦੀ ਕੋਈ ਨਜ਼ਰ ਨਹੀਂ ਆ ਰਹੀ ਜਿਸ ਕਾਰਨ ਕਿਤੇ ਨਾ ਕਿਤੇ ਸਿੱਖ ਸੰਗਤਾਂਵਾਂ ਨੇ ਜਿਹੜੇ ਰੋਹ ਵਿੱਚ ਦਿਖਾਈ ਦੇ ਰਹੇ ਆ ਨੇ ਇਸੇ ਦੇ ਚਾਲਦਿਆਂ ਜਿਹੜੇ ਗੋਲੀ ਕਾਂਡ ਦੇ ਮੁਖੀ ਨੇ ਆਪਣੇ ਸੁਖਰਾ ਸਿੰਘ ਸੁਖਰਾ ਸਿੰਘ ਇਸ ਦੀ ਅਗਵਾਈ ਕਰ ਰਹੇ ਨੇ ਤੇ ਇਸ ਦੇ ਪ੍ਰਤੀ ਜਿਹੜੇ ਰੋਸ ਮਜ਼ਾਰੇ ਨਿਤ ਕਰਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਜਲੀਲ ਕੀਤਾ ਜਾ ਰਿਹਾ ਕਿ ਸਿੱਟ ਨਵੀਂ ਬਣਾ ਦਿੱਤੀ ਜਾਂਦੀ ਹੈ ਤੇ ਸਿੱਟ ਉੱਥੇ ਜਾ ਕੇ ਫਿਰ ਤੋਂ ਕਾਰਵਾਈ ਕਰਦੀ ਹੈ ਉਹ ਹੀ ਸਵਾਲ ਪੁੱਛਣੇ ਹੁੰਦੇ ਆ ਕਿਉਂ ਨਹੀਂ ਇੱਕੇ ਸਿੱਟ ਅਜੇਹੀ ਕਿਉਂ ਨਹੀਂ ਬਣਾ ਸਕੀ ਆ ਜਿਹੜੇ ਤਿੰਨ ਮੁੱਖ ਮੰਤਰੀ ਕਹਿ ਸਕਦੇ ਆ ਕਿ ਇਸ ਵਿੱਚੋਂ ਦੀ ਹੋ ਕੇ ਲੰਘ ਗਏ ਕਿ ਉਹਨਾਂ ਮੁੱਖ ਮੰਤਰੀਆਂ ਤੋਂ ਇਹ ਜਾਈ ਹੁਣ ਤੱਕ ਸਿੱਟ ਕਿਉਂ ਨਹੀਂ ਬਣੀ ਜਿਹੜਾ ਕੋਟ ਕਪੂਰਾ ਗੋਲੀ ਕਾਣ ਦਾ ਇਨਸਾਫ ਦੇ ਸਕੇ ਸੋ ਇਹ ਸਵਾਲ ਵੀ ਬਣਦੇ ਨੇ ਕਿਉਂਕਿ ਸਿੱਖ ਸੰਗਠਾ ਜਿੱਥੇ ਵੱਡੀ ਆਸ ਲਗਾਈ ਬੈਠੇ ਨੇ ਉਮੀਦਾਂ ਲਗਾਈ ਬੈਠੇ ਨੇ ਸਾਢੇ 7 ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਹੈ ਤੇ ਹਾਲੇ ਤੱਕ ਜਿਹੜਾ ਗੋਲੀ ਕਾਣ ਦਾ ਇਸ ਦਾ ਇਨਸਾਫ ਨਹੀਂ ਮਿਲ ਸਕਿਆ ਇਸ ਦੇ ਚੱਲਦਾ ਹੁਣ ਸਿੱਟ ਵੱਲੋਂ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਬਿੱਤੇ ਅਗਲੇ ਮਤਲਬ ਭਲਕੇ ਤਲਬ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਕੀ ਕੁਝ ਸਾਹਮਣੇ ਆਵੇਗਾ ਤੇ ਬਿਆਨਵਾਜ਼ੀਆਂ ਹੀ ਹੋਣੀਆਂ ਨੇ ਬਿਆਨਵਾਜ਼ੀਆਂ ਹੀ ਦਰਜ ਹੋਣੀਆਂ ਨੇ ਅਸੀਂ ਪਹਿਲਾਂ ਇਹ ਵੀ ਦੇਖਿਆ ਸੀਗਾ ਕਿ ਵਿਰੋਧੀ ਪਾਰਟੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਜਾਂ ਜਿਹੜੇ ਇਸ ਦਾ ਵਿਰੋਧ ਕਰ ਰਹੇ ਨੇ ਗੋਲੀ ਕਾਰਨ ਦੇ ਇਨਸਾਫ ਲਈ ਜਿਹੜੇ ਗੱਲ ਚੁੱਕ ਰਹੇ ਨੇ ਕਿ ਉੱਥੇ ਕੀ ਕਰਨਗੇ ਉਹ ਬੁਲਾ ਕੇ ਚਾਹ ਪਾਣੀ ਪੀ ਕੇ ਮੁੜ ਜਾਣਗੇ ਉੱਥੇ ਕੁਝ ਨਹੀਂ ਹੋਣਾ ਸੋ ਹੁਣ ਦੇਖਣਾ ਹੋਵੇਗਾ ਕਿ ਸਿੱਟ ਕੁਝ ਕਾਰਵਾਈ ਕਰਦੀ ਹੈ ਜਾਂ ਸਿਰਫ ਬਿਆਨ ਹੀ ਦਰਜ ਕਰਦੀ ਹੈ ਜੀ ਜੇ ਬਿਲਕੁਲ ਹੈ ਕਿ ਇਹ ਮਾਮਲਾ ਕਾਫੀ ਦਿਨ ਤੋਂ ਲਟਕਿਆ ਹੋਇਆ ਹੈ ਤੇ ਨਾਲ ਹੀ ਹਲੇ ਤੱਕ ਇਹ ਹੀ ਨਹੀਂ ਸਰਕਾਰ ਨੂੰ ਪਤਾ ਚੱਲ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਕਿਸ ਨੇ ਆਰਡਰ ਦਿੱਤੇ ਸੀ ਵੀ ਕਿੰਨੀ ਨਲਾਇਕੀ ਹੈ ਵੀ ਹਲੇ ਤੱਕ ਅਧਿਕਾਰੀਆਂ ਨੂੰ ਇਹ ਹੀ ਨਹੀਂ ਪਤਾ ਵੀ ਇਹ ਜਿਹੜੀ ਗੋਲੀ ਕਾਂਡ ਹੋਇਆ ਸੀ ਜਿਸ ਨੇ ਗੋਲੀ ਦੇ ਆਦੇਸ਼ ਦਿੱਤੇ ਸੀ ਉਸ ਵਿਅਕਤੀ ਤੱਕ ਇਹ ਨਹੀਂ ਪਹੁੰਚ پا ਰਹੇ ਨੇ ਸੋ ਇਹਦਾ ਕਿਤੇ ਨਾ ਕਿਤੇ ਸਰਕਾਰ ਦੀ ਨਲਾਇਕੀ ਵੀ ਹੈ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਵੀ ਹੈ ਕਿ ਉਹ ਅਜਿਹੇ ਆਦਮੀ ਨੂੰ ਅਜਿਹੇ ਵਿਅਕਤੀ ਨੂੰ ਕਾਬੂ ਦੇ ਵਿੱਚ ਨਹੀਂ ਕਰ پا ਰਹੀਆਂ ਨੇ ਜਾਂ ਫਿਰ ਜਿਹੜੀਆਂ ਨੇ ਸੱਚ ਨੂੰ ਲੁਕਾਉਂਦੇ ਹੋ ਚਾਰ ਹੈ ਸੋ ਅਸੀਂ ਹੁਣ ਅੱਗੇ ਵਧਦੇ ਹਾਂ ਇਥੇ ਹਿਮਾਚਲ ਦੇ ਵਿੱਚ ਜਿਹੜਾ ਹੈ ਸੀਐਮ ਤੇ ਡਿਪਟੀ ਸੀਐਮ ਦੇ ਵੱਲੋਂ ਸੌ ਚੁੱਕੀ ਗਈ ਹੈ ਸੌਜੁਗ ਸਮਾਗਮ ਹੋਇਆ ਹੈ ਤੇ ਇਸ ਦੌਰਾਨ ਇੱਥੇ ਜਿਹੜਾ ਹੈ ਹੁਣ ਕਾਂਗਰਸ ਹੈ ਵੀ ਕਿਵੇਂ ਹੁਣ ਉੱਪਰ ਕੇ ਸਾਹਮਣੇ ਆਵੇਗੀ ਕਿਉਂਕਿ ਗੁਜਰਾਤ ਦੇ ਵਿੱਚ ਕਰਾਰੀ ਹਾਰ ਹੋਈ ਹੈ ਕਾਂਗਰਸ ਦੀ ਤੇ ਹਿਮਾਚਲ ਦੇ ਵਿੱਚ ਸਰਕਾਰ ਬਣੀ ਹੈ ਤੇ ਕਾਂਗਰਸ ਹੁਣ ਕਿਸ ਤਰ੍ਹਾਂ ਇਹ ਉੱਪਰ ਕੇ ਆਵੇ ਜੀ ਹਿਮਾਚਲ ਦੇ ਇਲੈਕਸ਼ਨ ਨੇ ਵੈਸੇ ਤਾਂ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਜਿੱਥੇ ਕਾਂਗਰਸ ਬਿਲਕੁਲ ਦੇਸ਼ ਵਿੱਚ ਦੇਖ ਰਹੇ ਆ ਕਿ ਜਿਹੜਾ ਉਹਨਾਂ ਦਾ ਮਿਆਰ ਆ ਬਹੁਤ ਜ਼ਿਆਦਾ ਡਿੱਗ ਚੁੱਕਿਆ ਹੈ ਤੇ ਇਸੇ ਦੌਰਾਨ ਜਿਹੜਾ ਹਿਮਾਚਲਾ ਉੱਥੇ ਕਾਂਗਰਸ ਪਾਰਟੀ ਦੀ ਜਿੱਤ ਹੋਣਾ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਦੀ ਉਮੀਦ ਨੂੰ ਬੂਰ ਪਾਉਂਦੀ ਆ ਨਜ਼ਰ ਆ ਰਹੀ ਹੈ ਨੇ ਇਹ ਚੋਣਾ ਇਸੇ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਉਹਨਾਂ ਨੂੰ ਚੁਣਿਆ ਗਿਆ ਮੁੱਖ ਮੰਤਰੀ ਦੇ ਅਹੁਦੇ ਲਈ ਤੇ ਅੱਜ ਉਹਨਾਂ ਨੇ ਸੌਹ ਚੁੱਕੀ ਹੈ ਤੇ ਹੁਣ ਇਸੇ ਦੌਰਾਨ ਜਿਹੜੇ ਅਗਨੀ ਹੋਤਰੀ ਨੇ ਉਹ ਡਿਪਟੀ ਸੀਐਮ ਬਣੇ ਨੇ ਸੋ ਇਸੇ ਦੌਰਾਨ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਇਸ ਜਿੱਤ ਤੋਂ ਕੋਈ ਫਾਇਦਾ ਲੈ ਚੁੱਕੇ ਸਕੇਗੀ ਜਾਂ ਨਹੀਂ ਕਿਉਂਕਿ ਬਹੁਤ ਸਾਰੀਆਂ ਅਜਈਆਂ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੇ ਵਰਕਰ ਹੁੰਦੇ ਨੇ ਜਾਂ VOTER ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਪਾਰਟੀ ਤੋਂ ਤੇ ਜਦੋਂ ਕੋਈ ਵੱਡੀ ਜਿੱਤ ਹੁੰਦੀ ਹੈ ਤਾਂ ਉਹਨਾਂ ਦੀਆਂ ਆਸਾਂ ਉਮੀਦਾਂ ਜ਼ਰੂਰ ਜਾਗਦੀਆਂ ਨੇ ਕਿ ਉਹਨਾਂ ਦੀ ਪਾਰਟੀ ਜ਼ਰੂਰ ਇੱਕ ਵਾਰ ਖੜੀ ਹੋਵੇਗੀ ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਵੱਡੀਆਂ ਕਾਰਵਾਈਆਂ ਕਰ ਰਹੇ ਨੇ ਕਿ ਬਿਨਾ ਕਿਸੇ ਗੱਲਬਾਤ ਕਰਿਆਂ ਜਾਂ ਵੱਡੀ ਸੋਚ ਵਿਚਾਰ ਕਰਿਆਂ ਬਿਨਾ ਕੁਝ ਸਮਾਂ ਦਿੱਤੇ ਆ ਬਹੁਤ ਸਾਰੇ ਕਾਂਗਰਸ ਦੇ ਲੀਡਰਾਂ ਨੂੰ ਪਾਰਟੀ ਦਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਜਿਸ ਦੇ ਚੱਲਦਿਆਂ ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਇੱਕ ਵੱਡੇ ਜਿਹੜੇ ਕਾਂਗਰਸੀ ਆਗੂ ਸੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਇਸੇ ਦੌਰਾਨ ਹੁਣ ਇਹ ਸਾਰੀਆਂ ਚੀਜ਼ਾਂ ਜੋੜ ਕੇ ਚਲਣੀਆਂ ਪੈਂਦੀਆਂ ਨੇ ਕਿ ਕਿੱਥੋਂ ਨੁਕਸਾਨ ਹੋ ਰਿਹਾ ਕਿੱਥੇ ਹੋ ਰਿਹਾ ਕਿਉਂਕਿ ਜੇਕਰ 2017 ਦੀ ਗੱਲ ਕਰੀਏ ਪੰਜਾਬ ਦੀ ਤਾਂ 2017 ਚ ਕਾਂਗਰਸ ਦੇ ਨਾਂ ਨੂੰ ਵੋਟ ਨਹੀਂ ਪਈ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨੂੰ ਵੋਟ ਪਈ ਸੀਗੀ ਸੇ ਇਸੇ ਦੌਰਾਨ ਉਹ ਚਿਹਰੇ ਚੁਣਨੇ ਹੁੰਦੇ ਆ ਪਾਰਟੀਆਂ ਨੇ ਕਿ ਜਿਹੜੀਆਂ ਆ ਪਾਰਟੀ ਨੂੰ ਮਜ਼ਬੂਤ ਕਰਨ ਤੇ ਜਿੱਤ ਦਿਵਾਉਣ ਇਸੇ ਦੌਰਾਨ ਜੇਕਰ ਆਪਾਂ ਆਪਦੀ ਗੱਲ ਕਰੀਏ ਆਪ ਦੇ ਚਿਹਰੇ ਨੂੰ ਲੈ ਕੇ ਇਸ ਵਾਰ ਵੋਟ ਪਈ ਆ ਬਦਲਾ ਨੂੰ ਬਹੁਤ ਘੱਟ ਲੋਕਾਂ ਨੇ ਸਵਕਾਰਿਆ ਇਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਨੂੰ ਵੋਟ ਪਈ ਸੀ ਸੋ ਇਸੇ ਦਾ ਕਾਰਨ ਕਿਤੇ ਨਾ ਕਿਤੇ ਜਿਹੜੀ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਆ ਸੋ ਅਜਿਹੇ ਕੋਸ਼ਾਂ ਪਾਰਟੀਆਂ ਵੱਲੋਂ ਕਰਨੇ ਚਾਹੀਦੇ ਆ ਨੇ ਕਿ ਉਹ ਚਿਹਰਾ ਪਛਾਣਨ ਕਿ ਜਿਹੜਾ ਪਛਾਣ ਜਲੋਕ ਜਿਸ ਤੇ ਇਤਵਾਰ ਕਰਦੇ ਨੇ ਹਾਲਾਂਕਿ ਪੰਜਾਬ ਵਿੱਚ ਕਾਂਗਰਸ ਵੱਲੋਂ ਸੀਐਮ ਚੰਨੀ ਦੇ ਲਈ ਜੋ ਫੋਨ ਕਾਲ ਰਹੇ ਆ ਲੋਕਾਂ ਤੋਂ ਸੁਝਾਅ ਮੰਗੇ ਗਏ ਸੀਐਮ ਚੰਨੀ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ ਸੀ ਫੋਨ ਕਾਲ ਰਹੇ ਪਰ ਉਹ ਕਿਤੇ ਵੀ ਕਿਤੇ ਨਾ ਕਿਤੇ ਫਿਰ ਵੀ ਜਿਹੜਾ 4.5 ਸਾਲ ਦਾ ਸਮਾਂ ਸੀਗਾ ਕਾਂਗਰਸ ਦਾ ਬੈਕ ਫੁੱਟ ਤੇ ਲੈ ਗਿਆ ਕਾਂਗਰਸ ਨੂੰ ਇਸ ਕਾਰਨ ਜਿੱਤ ਨਹੀਂ ਦਰਜ ਕਰ ਸਕੇ 18 ਐਮਐਲਏ ਤੋਂ ਬਿਨਾਂ ਤੇ ਇੱਥੇ ਮਾਲਵਾ ਖਿੱਤਾ ਜਿਹੜਾ ਮਾਲਵਾ ਹਲਕਾ ਉਸ ਵਿੱਚੋਂ ਤਾਂ ਸਾਫ ਸਫਾਈ ਹੋ ਗਈ ਸੀ ਐਮਐਲਏ ਦੇ ਅਮਰਿੰਦਰ ਸਿੰਘ ਰਾਜਵੜੀ ਇੱਕ ਐਮਐਲਏ ਜਿੱਤੇ ਨੇ ਤੇ ਇਸੇ ਦੌਰਾਨ ਜੇ ਗੱਲ ਕਰੀਏ ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸੋਚ ਵਿਚਾਰ ਆਣੀਆਂ ਜੋ ਪਾਰਟੀ ਨੂੰ ਉਭਾਰਨ ਲਈ ਜ਼ਰੂਰੀ ਹੁੰਦੀਆਂ ਨੇ ਇਹ ਨਹੀਂ ਹੈਗਾ ਕਿ ਤੁਹਾਡੇ ਹੱਥ ਕੋਈ ਅਹੁਦਾ ਦੇ ਦਿੱਤਾ ਤੇ ਤੁਸੀਂ ਫਟਾਫਟ ਐਕਸ਼ਨ ਲਈ ਜਾਓ ਪਾਰਟੀ ਚੋਂ ਬਾਹਰ ਜਿਹੜੇ ਅਹੁਦੇਦਾਰ ਹਨ ਉਹਨਾਂ ਨੂੰ ਕੱਢੀ ਜਾਓ ਜਾਂ ਕਾਰਵਾਈਆਂ ਕਰਦੇ ਨਜ਼ਰ ਆਓ ਅਜਿਹਾ ਨਹੀਂ ਹੁੰਦਾ ਅਸਲ ਸੱਚਾ ਤੇ ਅਸਲ ਸਿਪਾਹੀ ਉਹੀ ਹੁੰਦਾ ਹੈ ਜਿਹੜਾ ਹਾਰ ਵਿੱਚੋਂ ਗੁਜ਼ਰਦਾ ਹੋਇਆ ਜਿੱਤ ਵੱਲ ਆਪਣੇ ਪਾਰਟੀ ਨੂੰ ਲੈ ਕੇ ਜਾਵੇ ਸੋ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਲਈ ਇਹ ਜਿੱਤ ਹੁਣ ਇਹੀ ਦੇਖਣਾ ਹੋਏਗਾ ਕਿ ਇਹ ਜਿੱਤ ਜਿਹੜੀ ਹੋਈ ਆ ਹਿਮਾਚਲ ਚ ਇਸ ਤੋਂ ਕਾਂਗਰਸ ਪਾਰਟੀ ਫਾਇਦਾ ਲੈ ਸਕੇਗੀ ਜਾਂ ਨਹੀਂ ਕਿਉਂਕਿ ਅੱਗੇ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ 224 ਚ ਐਮਪੀ ਦੀ ਇਲੈਕਸ਼ਨ ਆ ਰਹੀ ਆ ਜਾਂ ਪੰਚਾਇਤ ਸਰਪੰਚਾਂ ਐਮਸੀ ਦੀ ਚੋਣਾਂ ਆ ਰਹੀਆਂ ਨੇ ਇਹਨਾਂ ਵਿੱਚ ਸਭ ਕੁਝ ਇਹ ਸਾਰਾ ਕੁਝ ਜਿਹੜਾ ਬਿਆਨ ਹੋਵੇਗਾ ਕਿ ਕਾਂਗਰਸ ਪਾਰਟੀ ਨੇ ਇਸ ਤੋਂ ਕਿੰਨਾ ਕੁ ਫਾਇਦਾ ਲਿਆ ਜੀ ਜੀ ਬਿਲਕੁਲ ਸਹੀ ਕੀਤਾ ਤੁਸੀਂ ਤੇ ਹੁਣ ਅਸੀਂ ਅੱਗੇ ਵਧਦੇ ਹਾਂ ਇੱਥੇ ਕਿਸਾਨ ਮੜ ਰੋਹ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇਸ ਦੌਰਾਨ ਸਿੰਗੂ ਬਾਰਡਰ ਤੇ ਭਾਰੀ ਕਿਸਾਨ ਇਕੱਠ ਹੋਇਆ ਤਾਂ ਉਸੇ ਦੌਰਾਨ ਅਸੀਂ ਜਾਣਨਾ ਚਾਹਾਂਗੇ ਕਿ ਕਿ ਮੜ ਤੋਂ ਕਿਸਾਨ ਕਿਥੇ ਆंदोलਨ ਦੀ ਤਿਆਰੀ ਤਾਂ ਨਹੀਂ ਕਰ ਰਹੇ ਜੀ ਕਿਸਾਨੀ ਅੰਦੋਲਨ ਦੌਰਾਨ 700 ਤੋਂ ਵੱਧ ਜਿਹੜੇ ਕਿਸਾਨ ਸ਼ਹੀਦ ਹੋਏ ਇਸ ਦੇ ਦੌਰਾਨ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਹੈ ਉਹਨਾਂ ਵੱਲੋਂ ਜਿਹੜੀ ਆ ਇਹ ਅਪੀਲ ਕੀਤੀ ਗਈ ਸੀ ਕਿਸਾਨਾਂ ਨੂੰ ਕਿ ਉਹ ਸਿੰਘੂ ਬਾਰਡਰ ਤੇ ਜਾਣ ਤੇ ਇਹਨਾਂ ਕਿਸਾਨਾਂ ਨੂੰ ਸ਼ਹੀਦ ਹੋਏ ਕਿਸਾਨਾਂ ਨੂੰ ਜਿਹੜੀ ਸ਼ਰਧਾਂਜਲੀ ਭੇਟ ਕਰਨ ਇਸ ਦੇ ਆਗੂ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਵੱਲੋਂ ਜਿਹੜਾ ਇੱਕ ਭਾਰੀ ਇਕੱਠ ਜਿਹੜਾ ਸਿੰਘੂ ਬਾਰਡਰ ਤੋਂ ਦਿਖਾਇਆ ਗਿਆ ਮੁਰਤੋਂ ਉਹ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿਹੜੀਆਂ ਅਸੀਂ ਅੰਦੋਲਨ ਦੌਰਾਨ ਦੇਖਿਆ ਸੀਗਾ ਕਿ ਸੜਕਾਂ ਦੇ ਬੈਠ ਕੇ ਲੰਗਰ ਛਕੇ ਜਾ ਰਹੇ ਨੇ ਅਤੇ ਜਿਹੜਾ ਬੀਬੀਆਂ ਇਕੱਠੀਆਂ ਹੋ ਰਹੀਆਂ ਨੇ ਕਿਸਾਨ ਬੀਬੀਆਂ ਇਕੱਠੀਆਂ ਹੋ ਰਹੀਆਂ ਨੇ ਤੇ ਸੋ ਉੱਥੇ ਹੀ ਗੱਲ ਕਰ ਲੈਨੇ ਕਿ ਕਿਸਾਨ ਇਕੱਠੇ ਹੋਏ ਨੇ ਤੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਹਾਲਾਂਕਿ ਜਿਹੜੀਆਂ ਮੰਗਾਂ ਨੇ ਉਹ ਉੱਥੇ ਦੇ ਉੱਥੇ ਹੀ ਖੜੀਆਂ ਨੇ ਤੇ ਇਸ ਦੌਰਾਨ ਜਿਹੜੀ ਐਮਐਸਪੀ ਹੋ ਗਈ ਜਾਂ ਕਿਸਾਨਾਂ ਤੇ ਜਿਹੜੇ ਪਰਚੇ ਦਰਜ ਹੋਏ ਇਹ ਸਾਰੀਆਂ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਅੱਗੇ ਰੱਖਿਆ ਸੀਗੀਆਂ ਉਹ ਉਹ ਨਹੀਂ ਪੁਰੀਆਂ ਹੋਈਆਂ ਜਿਸ ਕਾਰਨ ਕਿਸਾਨ ਰੋ ਵਿੱਚ ਦਖਰੇ ਨੇ ਹੁਣ ਜਿਹੜੀਆਂ ਤਸਵੀਰਾਂ ਆਈਆਂ ਨੇ ਉੱਥੇ ਪਾਠ ਕਰਵਾਏ ਗਏ ਨੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦੀ ਜਿਹੜਾ ਕਹਿ ਸਕਦੇ ਆ ਕਿ ਅਰਦਾਸ ਕਰਵਾਈ ਗਈ ਹੈ ਇਸ ਦੌਰਾਨ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਆਉਣ ਵਾਲਾ ਸਮਾਂ ਦੱਸਿਆ ਗਿਆ ਕਿ ਐਸ ਕੇ ਐਮ ਕੀ ਫੈਸਲਾ ਲੈਂਦੀ ਆ ਕਿ ਦਵਾਰ ਤੋਂ ਅੰਦੋਲਨ ਹੋਵੇਗਾ ਜਾਂ ਨਹੀਂ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਕਿਸਾਨ ਆंदोलਨ ਲੱਗਦਾ ਮੁੜ ਤੇ ਰੋ ਦੇ ਵਿੱਚ ਨੇ ਤੇ ਕਿਸਾਨ ਆंदोलਨ ਹੁਣ ਕਿਸਾਨ ਹੀ ਜਿਹੜਾ ਨੇ ਉੱਥੇ ਪੱਕਾ ਕਰਨਗੇ ਉਹ ਫੈਸਲਾ ਕਰਨਗੇ ਕਿ ਇਹ ਕਰਨਾ ਚਾਹੀਦਾ ਹੈ ਕੀ ਨਹੀਂ ਸੋ ਹੁਣ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਆਪਜੀ ਤੋਂ ਅੱਗੇ ਲਿਆਂਦਾ ਸਮਾਹ ਹੋ ਚੱਲਿਆ ਤੇ ਇਸ ਦੇ ਨਾਲ ਹੀ ਅਸੀਂ ਆਪਣੇ ਸਹਿਯੋਗੀ ਸਤਨਾਮ ਸਿੰਘ ਬਠੋਈ ਜੀ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਆਪਣਾ ਸਮਾਂ ਕੱਢ ਕੇ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋਏ ਨੇ ਸੋ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹੈ ਜੀ ਧੰਨਵਾਦ ਜੀ ਜੀ ਸੋ ਇਸ ਦੇ ਨਾਲ ਹੀ ਤੁਸੀਂ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਸਾਂਝ ਸੋਸ ਟੀਵੀ ਦੇ ਨਾਲ ਤੇ ਇਸ ਦੇ ਨਾਲ ਤੁਸੀਂ ਮੈਨੂੰ ਯਾਨੀ ਕਿ ਸਵਾਤੀ ਸਖਸਨ ਨੂੰ ਦਿਓ ਆ ਗਿਆ ਧੰਨਵਾਦ